ਐ ਚਾਦਰ ਲਾ ਦੇ ਕੋਈ ਨੀ ਠੰਡ ਏਡੀ ਤੈਨੂੰ ਬੜੀ ਠੰਡ ਲੱਗ ਰਹੀ ਜਰਸੀ ਪਾਈ ਤੋਬਾ ਥੱਲੇ ਸ਼ਰਟ ਜਰਸੀ ਚਾਦਰ ਮੇਰਾ ਮੱਖਣ ਅੱਲਾ ਤੈਨੂੰ ਸੱਟ ਲੱਗੀ ਸਹੀ ਕਰ ਦੇਵੇ ਮਿਲ ਕੇ ਬਣਨਾ ਪਿਆਰ ਨਾਲ ਸਰੂਰ ਆਵੇ ਕਟਿੰਗ ਤੇਰੀ ਵੀ ਬੜੀ ਸੋਹਣੀ ਹੈ ਅੱਲਾ ਜਾਣਦਾ ਮੈਂ ਮਾਰ ਤੇ ਜਦੋਂ ਕੁੜੀ ਲਿਆਉਣੀ ਨਾ ਬਾਬਡਾ ਟਾਊਨ ਸੈਟਲਰ ਟਾਊਨ ਉਹਨੇ ਆਣ ਕੇ 10 ਵਜੇ ਨਾਸ਼ਤਾ ਨਹੀਂ ਕਰਾਉਣਾ ਤੇ ਮੁੰਡੇ ਨੂੰ ਪਹਿਲੀ ਰਾਤ ਹੀ ਕਹਿਣਾ ਜਾਨੂ ਮੁਝਸੇ ਕਾਮ ਨਹੀਂ ਹੋਤਾ ਉਹਨੇ ਵੀ ਸਿਰੇ ਆਖਣਾ ਮਾਮਾ ਮੇਰੀ ਬੇਗਮ ਸੇ ਕਾਮ ਨਹੀਂ ਹੋਤਾ ਬੰਦਾ ਪੁੱਛੇ ਤੂੰ ਬੀਮਾ ਕਰਾ ਕੇ ਸ਼ੀਸ਼ੇ 'ਚ ਲਾਉਣੀ चलो जैसा तुम्हें ठीक लगे नफरत ही कर लो हमसे हमें नफरत पसंद है जनाब हमें नफरत पसंद है जनाब लेकिन दिखावे की मोहब्बत नहीं मरे मरे गरीबों पे जुल्म करना है खून चूस रहे हैं गरीबों का और सलमा कोको कोला पिया दे आप ही तोता लहन चला गया उन्हें जाके कहना भाई तोता किन्ने का कहना 2 लाख रुपए का कहना ये फंक्शन की कहना ये एक लाख खींचो इंडिया के गाने दूसरी खींचो पाकिस्तानी कहता जे मैं दो में खींचा तोता कहना मैं तेरी भैन ना कट के ला जा यार तेनू पैसे बचाने पैने बिस्मिल्लाह करा शेर का कख नहीं वटिया मर्च से आई हां है दे दी डब्बी What's he saying there, Ramiz? Difficult really to translate that. Allah tenu husn dita ve hissa kath maskeena da Tusi ki khana burger khana main muh tera channa khan wala KK sahab tusi ki khana main full अगर मैं ना मिला तो अपने आप को आग लगा लोगी मर जाओगी फांसी ले लोगी सच्चा हुआ तो सब कुछ कर लूं यार जान के हाल लूं ले लो जो मांगूंगा दोगी दे दूंगी एक 200 रुपया उधारा दे सकती हूँ जी वो है तो पेंडू है तो पानी शहरी पीना जाहिर है हाँ जी वाह ये कितने ले ਉਹ ਜਿੱਥੇ ਲਿਖਿਆ ਨੀ ਉਹਦਾ ਲੇਡੀ ਸੈਂਟਰ ਤੇ ਜੈਂਟ ਸੈਂਟਰ ਬਗੈਰ ਤਾਂ ਤੂੰ ਮੇਰੇ ਤੇ ਸ਼ੇਰ ਲਿਖਿਆ ਦਾਦਾ ਤੇਰੇ ਤੇ ਸ਼ੇਰ ਲਿਖਿਆ ਜੀ ਕੀ ਸ਼ੇਰ ਕਿ ਮਾਂ ਨੂੰ ਕਹੀਦਾ ਮਾਂ ਤੇ ਮਾਸੀ ਨੂੰ ਕਹੀਦਾ ਖਾਲਾ ਮਾਂ ਨੂੰ ਕਹੀਦਾ ਮਾਂ ਤੇ ਮਾਸੀ ਨੂੰ ਕਹੀਦਾ ਖਾਲਾ ਭੈਣ ਦੇ ਕਮਰੇ 'ਚ ਬੰਦੇ ਵਾੜ ਕੇ ਕਹਿੰਦਾ ਬੈਠੋ ਬੈਠੋ ਲਿਆ ਜਾ ਤੈਨੂੰ ਕੁਛ ਕਹਿਣਾ ਚਾਹਨਾ ਦਿਲ ਦਾ ਹਾਲ ਸੁਣਾਉਣਾ ਦਿਲ ਦਾ ਵਾਲ ਖਲਾਉਣਾ ਓਏ ਨਹੀਂ ਕੀ ਕਵਾਂ ਤੇਰੇ ਖਾਬਾਂ ਦਾ ਰਾਜਕੁਮਾਰ ਬਣਨਾ ਚਾਹੁੰਨਾ ਮੈਂ ਤੇਰੀਆਂ ਜਰਾਬਾਂ ਦਾ ਦੀਦਾਰ ਕਰਨਾ ਚਾਹੁੰਨਾ ਮੈਂ ਤੈਨੂੰ ਨੱਚ ਕੇ ਮਨਾ ਲਾਂਗਾ ਮੈਂ ਅੱਜ ਰੱਜ ਕੇ ਨਾਲ ਚੰਦਰ ਵਰਗਾ ਮੁਖੜਾ ਅੱਛਾ ਸਭ ਆ ਰਹੀ ਪੰਜਾਬੀ ਸਮਝ ਚੰਦ ਵਰਗੇ ਮੁਖੜਾ ਹਾਂ ਚੰਦ ਵਰਗਾ ਮੁਖੜਾ ਤੇ ਰੇਸ਼ਮ ਵਰਗੀਆਂ ਪਾਵਾਂ ਮੋਟਰ ਚਲਾਓ ਮੈਂ ਤੇ ਨਹਾ एक दिन मैं नमाज पढ़ावा पे तो बैल लगी हाय मैं मर गई काडा बेड़ा दर्ज ओ मगर नमाजी ने गाना लाया तोवा मेरी याल ला ते मैं फिर सलाम फेर के उन्हें आके उलुआ तू बंद ही कर लेनी सी कहंदा मौलवी जी चेता ही नहीं रहा किथे जाना है मुल्तान गड्डी दे फैसला बाती झंझ टुर पे ही वाह जे नाल मैं लुटिया
ਤਗੜਾ ਜਵਾਈ ਆਵੇ, ਤਿੱਕਾ ਬੋਟੀ, ਮਲਾਈ ਬੋਟੀ, ਸ਼ਵਾਰਮਾ, ਬਰਗਰ, ਪੀਜ਼ਾ, ਕੈਚਪ, ਬੋਲੋ ਤੇ ਸਹੀ। ਉਹਦੇ ਅੱਗੇ ਕਿੰਨੀਆਂ ਡਿਸ਼ਾਂ ਨਵੇਂ ਜਵਾਈ ਅੱਗੇ, ਤੇ ਪੁਰਾਣਾ ਜਿਵੇਂ ਜਿਵੇਂ ਹੁੰਦਾ ਜਾਊ ਨਾ ਤੇ ਗੱਲ ਗੋਭੀ ਤੇ ਮੁੱਕਣੀ। ਸਾਨੂੰ ਗਮ ਸਜਣਾ ਦੇ ਲੋਕੀ ਆਖਣ ਨਸ਼ੇ ਮਾਇਆ ਸਾਡਾ ਤੂੰ ਹੀ ਕੋ ਇੱਕ ਯਾਰ ਹੈ। ਹੁਣ ਤੇ ਭਾਈ ਮਾੜਾ ਜਵਾਈ ਆਵੇ ਨਾ ਤੇ ਸੱਸਾਂ ਦੀਆਂ ਇਹ ਆਉਂਦਾ ਰਾਤ ਲਮਕਾਉਂਦਾ ਹੀ ਤੁਰਿਆ ਆਉਂਦਾ ਵਿਹਲਾ, ਤੇ ਤਗੜਾ ਜਵਾਈ ਆਵੇ ਨਾ ਦੂਰੋਂ ਵੇਖ ਕੇ ਛਾਪੜ ਭਰੇ ਹੁਣ ਜਵਾਈ ਨੇ ਤੇ ਬੂਹਾ ਲੰਘਦਾ ਜਾਏ ਤੇ ਸੱਸ ਵੇਖ ਕੇ ਆਉਂਦੀ ਮਾਂ ਸ਼ਕਰੇ ਜਾਏ ਮੇਰਾ ਪੁੱਤਰ ਆਇਆ ਮੈਨੂੰ ਰਾਤੀ ਖਾਬ ਲਿਖਣਾ ਹੀ ਨੀ ਆਉਂਦਾ ਬਿਲਾਵਰ ਦਾਲ ਪਾ ਦਾਲ ਪਾਤੀ ਸੁੱਕੀ ਪਾਤੀ ਉੱਤੇ ਤਰੀ ਤਾਂ ਪਾ ਨਾ ਆਪਣੀ ਮਸ਼ੂ ਕੋ ਕੋ ਪਾਂਚ ਪਾਂਚ ਸੌ ਕਾ ਈਜ਼ੀ ਲੋਡ ਕਰਵਾਨੇ ਵਾਲੋ ਸੁਣ ਲੋ ਅਗਰ ਇਹ ਡੈਮ ਨਾ ਬਣਾ ਤਾਂ ਤੁਮ ਆਸ਼ਿਕ ਮਸ਼ੂਕ ਤੋਂ ਕਿਆ ਬਹਿਨ ਭਾਈ ਵੀ ਨਹੀਂ ਰਹੋ। ਔਲਾਦ ਜਵਾਨ ਹੋਵੇ ਨਾ ਤੇ ਰਿਸ਼ਤਾ ਕਰਨ ਲੱਗਿਆ ਬੇਟੀ ਬੇਟੇ ਨੂੰ ਵੀ ਪੁੱਛ ਲੈਣਾ ਚਾਹੀਦਾ, ਮੁੜ ਕੇ ਉਹ ਨਾ ਹੋਵੇ ਮੁੰਡਾ ਚੂਹੇ ਮਾਰ ਗੋਲੀਆਂ ਖਾ ਲੈ। ਨਹੀਂ ਸਹੀ ਗੱਲ, ਸ਼ਰੀਅਤ ਨੇ ਕਿਹਾ ਕਿ ਔਲਾਦ ਨੂੰ ਪੁੱਛ ਲੋ। ਰੈਡੀ ਸਟੇਡੀ ਗੋ। ਕਸਮੇ ਪਿਓ ਫੀਸ ਦਿੰਦਾ ਵਾ ਵੀ ਜਾ ਤਾਰਿਆ ਇਹ ਕੁੜੀ ਨੂੰ ਲੋਡ ਕਰਾ ਦਿੰਦਾ ਹੈ, ਬੇਹਦਾਤਾ ਨਾ ਹੋਵੇ। ਓਏ ਬਾਪ ਦੀ ਹਲਾਲ ਕਮਾਈ ਆਰਾਮ ਦੇ ਕੰਮਾਂ ਤੇ ਰੁੜ ਹੁੰਦਾ ਹੈ, ਪੁੱਤਰੋ ਨਾ ਕਰੋ ਅੱਲਾ ਜਾਣਦਾ ਹੈ। ਅਗਰ ਤੂੰ ਨੱਚਣਾ ਗਾਣਾ ਛੱਡ ਕਿਉਂ ਨਹੀਂ ਦਿੰਦੀ? ਮੇਰੀ ਮਜਬੂਰੀ ਹੈ। ਕੀ ਮਜਬੂਰੀ ਹੈ ਤੇਰੀ? ਮੈਂ ਕਰਜ਼ਾ ਦੇਣਾ ਹੈ। ਤੇਰਾ ਸਾਰਾ ਕਰਜ਼ਾ ਮੈਂ ਦੇਵਾਂਗਾ। ਕਿੰਨੇ ਪੈਸੇ ਨੇ? 2 ਕਰੋੜ। ਆ ਨੱਚ ਲੈ ਫਿਰ 2.5 ਸਾਲ ਹੋਰ ਹਾਲੀ। ਸਿਗਰਟ ਰਹਿ ਲਾਉਂਦਾ ਏ ਜਦੋਂ ਤੈਨੂੰ ਫੋਨ ਕਰਾਂ, ਤੇਰਾ ਬੰਦ ਕਿਉਂ ਮੋਬਾਈਲ ਹੁੰਦਾ ਏ? ਪਾਣੀ ਪੀਤਾ ਕਰ ਜੈਜ਼ ਜੇ ਬੰਦ ਹੋਵੇ, ਪਹਿਲੀ ਨਾਰ ਤੇ ਪੀਤਾ ਕਰ। ਅੰਨੀ ਦੇ ਬੱਚਿਆ ਵਾਲ ਕਿਉਂ ਨਹੀਂ ਕਟਾਉਂਦਾ ਹੈ? ਹੈ ਉਹ ਤੇਰੇ ਮੱਲੇ ਚ ਨਾ ਹੀ ਨਹੀਂ ਹੈਗਾ ਹੈ, ਤੈਨੇ ਇੰਨੇ ਲੰਮੇ ਕਿਉਂ ਰੱਖੇ ਹੈ? ਸਾਡੇ ਏਡੇ ਏਡੇ ਤੇਰੇ ਏਡੇ ਏਡੇ ਹੈ, ਤੈਨੂੰ ਹਜ਼ਾਰ ਨਹੀਂ ਆਇਆ? ਇੱਧਰ ਵੇਖੇ ਦਾ ਕੀ ਅਸ਼ਰ ਹੋਇਆ ਪਿਆ ਹੈ? ਔਰ ਦੁਨੀਆ ਤਰੱਕੀ ਕਰਨ ਲਈ ਬਾਹਰ ਜਾਣ ਲਈ ਬਾਹਰ ਜਾਣਾ ਹੀ? ਆਹੋ ਚੱਲ ਕਿੱਥੇ ਜਾਣਾ ਹੈ? ਮੁਲਤਾਨ। ਗੱਡੀ ਦੇ ਫੈਸਲਾ ਬਾਤੀ ਤੇਰੀ